ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਵੀ ਬਾਬਾ ਆਨੰਦ ਸਿੰਘ ਜੀ ਦੇ ਵਿਦਿਆ ਗੁਰੂ ਬਾਬਾ ਮਹਾਂ ਹਰਨਾਮ ਸਿੰਘ ਜੀ ਦਾ ਜੀਵਨ ਪੜ੍ਹੀਦਾ ਹੈ ਤਾਂ ਬਹੁਤ ਹੀ ਅਨੋਖੀਆਂ ਅਤੇ ਅਸਚਰਜ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਅਤੇ ਇੱਕ ਐਸੀ ਅਸਚਰਜ ਘਟਨਾ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ। ਇੱਕ ਵਾਰ ਬਾਬਾ ਮਹਾਂ ਹਰਨਾਮ ਸਿੰਘ ਜੀ ਪੁੱਛੋ ਵਾਲੇ ਬਹਾਲਦਾਸ ਜੀ ਨੂੰ ਪੁਰਾਣੇ ਸਮੇਂ ਦੀਆਂ ਵਾਰਤਾਂ ਸੁਣਾ ਰਹੇ ਸਨ। ਬਾਬਾ ਮਹਾਂ ਹਰਨਾਮ ਸਿੰਘ ਜੀ ਕਹਿਣ ਲੱਗੇ, ਇੱਕ ਪ੍ਰੇਮੀ ਸਾਡੇ ਕੋਲ ਸੇਵਾ ਕਰਦਾ ਹੁੰਦਾ ਸੀ। ਇੱਕ ਦਿਨ ਉਸਨੇ ਕਿਹਾ ਕਿ ਬਾਬਾ ਜੀ, ਨਰਸਿੰਘ ਅਵਤਾਰ ਦੇ ਦਰਸ਼ਨ ਕਰਵਾਵੋ। ਅਸੀਂ ਉਸਨੂੰ ਕਿਹਾ ਕਿ ਡਰ ਜਾਵੇਗਾ। ਉਸਨੇ ਕਿਹਾ, ਨਹੀਂ ਜੀ। ਅਸੀਂ ਕਿਹਾ, ਚੰਗਾ ਫਿਰ ਦੇਖ ਲੈ। ਉਹ ਦੇਖ ਕੇ ਇਤਨਾ ਡਰਿਆ ਕਿ ਮੁੜ ਅਸਾਂ ਕੋਲ ਹੀ ਨਾ ਆਇਆ। ਇਹ ਬਚਨ ਸੁਣ ਕੇ ਹਾਲਦਾਸ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਨਰਸਿੰਘ ਦੇ ਦਰਸ਼ਨ ਕਰਕੇ ਦੇਖਾਂ। ਇੱਕ ਵਾਰ ਫਿਰ ਬੇਨਤੀ ਕੀਤੀ ਕਿ ਮਹਾਰਾਜ, ਮੈਨੂੰ ਵੀ ਦਰਸ਼ਨ ਕਰਵਾ ਦਿਓ। ਬਾਬਾ ਜੀ ਨੇ ਹੱਸ ਕੇ ਕਿਹਾ, ਚੰਗਾ ਫਿਰ ਦੁੱਧ ਲਿਆ। ਦੁੱਧ ਛੱਕ ਕੇ ਕਹਿਣ ਲੱਗੇ, ਉਹ ਸਾਹਮਣੇ ਜੰਡ ਦੇ ਉੱਪਰ ਚੜ੍ਹ ਜਾ, ਡਰਨਾ ਨਹੀਂ। ਬਹਾਲਦਾਸ ਜੀ ਹੁਕਮ ਅਨੁਸਾਰ ਜੰਡ ਉੱਪਰ ਚੜ੍ਹ ਗਏ। ਬਾਬਾ ਜੀ ਵੱਲ ਨੀਜ ਨਾਲ ਤੱਕਣ ਲੱਗੇ। ਬਾਬਾ ਜੀ ਆਸਣ ਤੋਂ ਖੜ੍ਹੇ ਹੋ ਗਏ ਅਤੇ ਕਰੀਰਾਂ ਵੱਲ ਤੁਰ ਪਏ। ਥੋੜ੍ਹੀ ਹੀ ਦੇਰ ਬਾਅਦ ਕਰੀਰਾਂ ਦੇ ਪਿੱਛੇ ਅਲੋਪ ਹੋ ਗਏ। ਕੁਝ ਹੀ ਮਿੰਟਾਂ ਬਾਅਦ ਬਹਾਲਦਾਸ ਨੇ ਦੇਖਿਆ ਕਿ ਇੱਕ ਪ੍ਰਕਾਸ਼ਮਈ ਸ਼ੇਰ ਦਾ ਚਿਹਰਾ, ਭੈਦਾਇਕ ਸਰੂਪ, ਗਰਜਨ ਹੋਈ, ਜਿਸ ਆਵਾਜ਼ ਦੇ ਨਾਲ ਧਰਤੀ ਵੀ ਕੰਬਦੀ ਹੈ, ਸਾਹਮਣੇ ਆ ਰਿਹਾ ਹੈ। ਉਹਨਾਂ ਇੱਕ ਵਾਰ ਤੱਕ ਹੀ ਅੱਖਾਂ ਬੰਦ ਕਰ ਲਈਆਂ, ਫਿਰ ਉਸ ਵੇਲੇ ਤੱਕ ਨਾ ਖੋਲ੍ਹੀਆਂ ਜਦੋਂ ਤੱਕ ਬਾਬਾ ਜੀ ਨੇ ਆਵਾਜ਼ ਦੇ ਕੇ ਹੇਠਾਂ ਉੱਤਰ ਆਉਣ ਲਈ ਨਾ ਬੁਲਾਇਆ। ਹੇਠਾਂ ਉੱਤਰ ਕੇ ਬਾਬਾ ਜੀ ਅੱਗੇ ਨਮਸਕਾਰ ਕੀਤੀ। ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਤੂੰ ਕਾਲਾ ਤਾਂ ਬਹੁਤ ਸੀ, ਫਿਰ ਅੱਖਾਂ ਕਿਉਂ ਬੰਦ ਕਰ ਲਈਆਂ ਸਨ? ਬਹਾਲਦਾਸ ਜੀ ਨੇ ਹੱਥ ਜੋੜ ਕੇ ਅਰਜ਼ੀ ਕੀਤੀ, ਮਹਾਰਾਜ, ਇੱਕ ਵਾਰ ਤਾਂ ਮੁਸ਼ਕਲ ਨਾਲ ਦੇਖ ਸਕਿਆ ਹਾਂ, ਬਹੁਤ ਡਰ ਆਉਂਦਾ ਸੀ। ਬਾਬਾ ਜੀ ਨੇ ਦੱਸਿਆ ਕਿ ਬਹਾਲਦਾਸ ਜਿਸ ਵੇਲੇ ਇਹ ਅਵਤਾਰ ਹੋਇਆ ਸੀ, ਉਸ ਸਮੇਂ ਪ੍ਰਹਿਲਾਦ ਨਹੀਂ ਡਰਿਆ, ਬਾਕੀ ਸਾਰੇ ਦੇਵਤੇ ਡਰ ਗਏ ਸੀ। ਸੋ ਬਹਾਲਦਾਸ ਭਗਤ ਨਹੀਂ ਡਰਦੇ ਹੁੰਦੇ, ਕਿਉਂ ਜੋ ਭਗਤਾਂ ਦਾ ਪਰਮੇਸ਼ਰ ਸਾਥੀ ਹੁੰਦਾ ਹੈ। ਤੂੰ ਨਾਮ ਦੇ ਵਿੱਚ ਮਸਤ ਰਿਹਾ, ਇਹੋ ਜਿਹੇ ਖਿਆਲ ਮਨ ਦੇ ਵਿੱਚ ਨਾ ਲਿਆਇਆ ਕਰ। ਜੋ ਤੇਰੇ ਨਾਲ ਬਚਨ ਹੁੰਦੇ ਹਨ, ਉਹਨਾਂ ਦਾ ਨਤੀਜਾ ਨਾ ਕੱਢਿਆ ਕਰ। ਇਹ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਬਹਾਲਦਾਸ ਜੀ ਨੂੰ ਉਸ ਸਮੇਂ ਕੀਤੇ ਸਨ। ਇੰਨੀਆਂ ਬੇਨਤੀਆਂ ਪ੍ਰਵਾਨ ਜੀ, ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਬਾਬਾ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੋਰ ਵੀ ਵੀਡੀਓਜ਼ ਵੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।